ਹੁਸ਼ਿਆਰਪੁਰ ਦੇ ਹਲਕੇ ਗੜ ਸ਼ੰਕਰ ਤੋਂ ਅਕਾਲੀ ਵਿਧਾਇਕ ਸੁਰਿੰਦਰ ਸਿੰਘ ਪੁੱਲੇਵਾਲ ਦੇ ਪੁੱਤਰ ਕੁਲਬੀਰ ਸਿੰਘ ਤੇ ਇੱਕ ਪ੍ਰਵਾਸੀ ਮਜ਼ਦੂਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ। ਪੀੜਤ ਮਜ਼ਦੂਰ ਕੁਲਬੀਰ ਸਿੰਘ ਦੇ ਇੱਟਾਂ ਦੇ ਭੱਠੇ ਤੇ ਕੰਮ ਕਰਦਾ ਸੀ। ਸਥਾਨਕ ਲੋਕਾਂ ਵੱਲੋਂ ਜ਼ਖਮੀ ਹਾਲਤ 'ਚ ਪੀੜਤ ਮਜ਼ਦੂਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਮਜ਼ਦੂਰ ਦਾ ਦੋਸ਼ ਬਸ ਇੰਨਾ ਸੀ ਕਿ ਉਸਨੇ ਭੱਠੇ ਤੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ ਅਤੇ ਪੁਲਿਸ ਵੱਲੋਂ ਵੀ ਪੀੜਤ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਤੇ ਸੜਕ ਤੇ ਮਰਨ ਲਈ ਸੁੱਟ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਅਜੇ ਤੱਕ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ। ਸਾਡੀ ਉੱਥੇ ਘੇਰ ਲਈ ਜਾ ਕੇ ਟਾਂਡਾ ਰੋਡ 'ਤੇ ਟਾਂਡਾ ਚੌਂਕ ਟੱਪ ਕੇ ਅਤੇ ਮੈਂ ਉੱਤਰ ਕੇ ਪਿਸ਼ਾਬ ਕਰਨ ਲੱਗ ਪਿਆ। ਉਹਨੇ ਆ ਕੇ ਮੇਰੇ ਪੈਂਦੀ ਸੱਟੇ ਮੇਰੇ ਠੁੱਡ ਮਾਰਿਆ ਅਤੇ ਮੈਨੂੰ ਫੜ ਕੇ ਗੱਡੀ 'ਚ ਸਿੱਟ ਲਿਆ। ਗੱਡੀ 'ਚ ਮੇਰੇ ਨਾਲੇ ਮੇਰੇ ਮੁੱਕੇ ਮਾਰ ਠੇਕੇਦਾਰ ਦੇ ਮੁੰਡੇ ਨੇ ਛੋਟੂ ਨੇ। ਹਾਂਜੀ, ਗੱਡੀ 'ਚ ਗਏ ਸੀ ਇਹ ਸ੍ਰੀਨਗਰ ਤੋਂ, ਉੱਥੋਂ ਉਹਨੇ ਟਾਂਡਾ ਬਾਈਪਾਸ ਤੋਂ ਘੇਰਿਆ ਜੀ, ਛੋਟੂ ਨੇ ਘੇਰਿਆ ਜੀ। ਉਹ ਤੋਂ ਬਾਅਦ ਨਾ ਛੋਟੂ ਐਮ ਐਲ ਏ ਨਾਲ ਮੁੰਡਾ ਹੈ ਜੀ, ਭੁੱਲੇ ਰੱਠ ਮੁੰਡਾ, ਉਹਨੇ ਕੁੱਟਿਆ ਜੀ ਇਹਨੂੰ। ਕੁੱਟਦਾ ਨਾ ਗੱਡੀ 'ਚ ਕੁੱਟਦਾ ਹੀ ਲੈ ਕੇ ਆਇਆ ਜੀ ਇਹਨੂੰ। ਕਹਿੰਦਾ ਤੈਨੂੰ ਕਿਹਨੇ ਘੱਲਿਆ? ਕਹਿੰਦਾ ਤੈਨੂੰ ਕਿਹਨੇ ਘੱਲਿਆ? ਇਹ ਕਹਿੰਦਾ ਜੀ ਮੈਨੂੰ ਹਾਲਦਿਆਂ ਨੇ ਘੱਲਿਆ। ਕਹਿੰਦਾ ਮੈਨੂੰ ਹਾਲਦਿਆਂ ਨੇ ਘੱਲਿਆ ਜੀ, ਹਾਲਦਿਆਂ ਨੇ ਇਹ ਉਹ ਮੰਨੇ ਨਾ ਜੀ। ਕਹਿੰਦਾ ਤੈਨੂੰ ਹਾਲਦਿਆਂ ਨੇ ਘੱਲਿਆ, ਤੂੰ ਚੋਰੀ ਆਇਆ ਭੱਠੇ ਤੋਂ। ਇਹ ਜਾਣੀ ਉਹ ਮੰਨਿਆ ਨੇ ਜੀ, ਇਹਨੂੰ ਕੁੱਟਦਾ ਹੀ ਆਇਆ ਜੀ, ਮੁੱਕੇ ਮਾਰਦਾ ਆ। ਉਸ ਤੋਂ ਬਾਅਦ ਚੱਬੇ ਵਾਲੇ ਥਾਣੇ ਸੱਟਿਆ ਜੀ ਇਹਨੂੰ, ਵੀ ਆਹ ਬੰਦਾ ਸੰਭਾਲੋ ਜੀ, ਮੈਂ ਚੱਲਿਆ ਆ। ਇਸ ਤੋਂ ਬਾਅਦ ਇਹ ਮਾੜਾ ਇਹ ਬੇਹੋਸ਼ ਹੋ ਗਿਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।